ਸਰ ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਕੀ ਤਿਆਰ ਕੀਤਾ ਗਿਆ ਕਿਹਦੇ ਵਾਸਤੇ ਕੀਤੀ ਗਈ ਤਿਆਰੀ ਮੇਰਾ ਨਾਮ ਦਲਜੀਤ ਸਿੰਘ ਭੋਲਾ ਜੀ ਤੇ ਮੇਰੀ ਵਰਕਸ਼ਾਪ ਹੈ ਕਾਰਾਂ ਦਾ ਕੰਮ ਕਰਦਾ ਹਾਂ ਨਾਲ ਸੀਐਨਜੀ ਦਾ ਐਲਪੀਜੀ ਦਾ ਕੰਮ ਕਰਦਾ ਕਿੱਥੋਂ ਦੇ ਰਹਿਣ ਵਾਲੇ ਤੇ ਪ੍ਰਿੰਸ ਖਾਲਸਾ ਮੋਟਰ ਗੈਰਜ ਤੇ ਨਜ਼ਦੀਕ ਥਾਣਾ ਕੰਟੋਨਮੈਂਟ ਅੰਮ੍ਰਿਤਸਰ ਆ ਜੀ ਹਾਂਜੀ ਸਰ ਜਿਹੜੀ ਗੱਡੀ ਬਣਾਈ ਹੈ ਕਿਹਦੀ ਤਿਆਰ ਕਿਹਦੇ ਵਾਸਤੇ ਤਿਆਰ ਕੀਤੀ ਗਈ ਹੈ ਇਹ ਜੀ ਹੈਂਡੀਕੈਪ ਮੁੰਡਾ ਟੀਚਰ ਹੈਗਾ ਆ ਅਤੇ ਇਹਨਾਂ ਨੇ ਆਣ ਕੇ ਮੈਨੂੰ ਆਖਿਆ ਇਸ ਤਰ੍ਹਾਂ ਗੱਡੀ ਬਣਵਾ ਕੇ ਦਿਓ ਸਾਨੂੰ ਤੁਸੀਂ ਗੱਡੀਆਂ ਇਸ ਤਰ੍ਹਾਂ ਬਣਾ ਲੈਂਦੇ ਜਾਂ ਬੈਟਰੀ ਵਾਲੀ ਜਿਹੜੀ ਆ ਸਾਨੂੰ ਕੋਈ ਇਹੋ ਜਿਹੀ ਗੱਡੀ ਬਣਾ ਕੇ ਦਿਓ ਜਿਹੜਾ ਰੈਂਪ ਜਿਹੜਾ ਠਾਂ ਹੋ ਜਾਵੇ ਅਤੇ ਵੀਲ ਚੇਅਰ ਦੇ ਉੱਤੇ ਚੜ੍ਹ ਕੇ ਅਤੇ ਗੱਡੀ ਜਿਹੜੀ ਆ ਮੈਂ ਚਲਾ ਲਵਾਂ ਜਿਹੜਾ ਵਾ ਅਤੇ ਫਿਰ ਉਹਨਾਂ ਨੇ ਮਾੜੀ ਇਹਨਾਂ ਡਰੈਂਗ ਦੱਸੀ ਇਸ ਤਰ੍ਹਾਂ ਸਾਨੂੰ ਬਣਾ ਕੇ ਦਿਓ ਅਤੇ ਅਸੀਂ ਫਿਰ ਉਹ ਆਪਣੇ ਅੰਦਾਜ਼ੇ ਨਾਲ ਜਿਹੜੀ ਆ ਵੀਲ ਚੇਅਰ ਬਣਾ ਵੀ ਰੈਂਪ ਇਹਦਾ ਬਣਾਇਆ ਰੈਂਪ ਬਣਾ ਕੇ ਅਤੇ ਇਹਦੀ ਵੀਲ ਚੇਅਰ ਉੱਤੇ ਚੜ੍ਹਾ ਕੇ ਵੇਖੀ ਸਾਰਾ ਕੁਝ ਚੜ੍ਹਾ ਕੇ ਵੇਖਿਆ ਉਹ ਠੀਕ ਚੜਿਆ ਅਤੇ ਮੁੰਡਾ ਬਹੁਤ ਖੁਸ਼ ਹੋਇਆ ਜੀ ਸਰ ਕਿੰਨੇ ਦੀ ਬਣੀ ਆ ਕੀ ਲਾਇਆ ਗਿਆ ਟਾਇਰ ਕਿਹੜੇ ਲਾਏ ਗਏ ਆ ਬੈਟਰੀਆਂ ਕਿੰਨੀਆਂ ਪਾਈਆਂ ਗਈਆਂ ਇਹਦੇ 'ਚ ਇਹਦੇ 'ਚ 4 ਬੈਟਰੀਆਂ ਜੀ 100 ਵਾਟ ਦੀ ਬੈਟਰੀ ਆ ਅਤੇ 60-65 ਦੇ ਏਡ ਗੇਟ 'ਚ ਜਿਹੜਾ ਵਾ ਲੱਗ ਗਿਆ ਇੱਕ 60-65 ਦੇ ਏਡ ਗੇਟ 'ਚ ਕਿੰਨੀ ਦੇਰ ਚਾਰਜ ਕਰਕੇ ਕਿੰਨੀ ਦੇਰ ਚੱਲੇਗੀ ਇਹ ਜਿਹੜੀ ਆ ਇੱਕ ਤਰ੍ਹਾਂ ਚਾਰਜ ਕੀਤੀ ਹੋਵੇ ਤਾਂ 70-80 ਕਿਲੋਮੀਟਰ ਤੱਕ ਜਿਹੜੀ ਆ ਚੱਲਦੀ ਆ ਅਤੇ ਜਿਨ੍ਹਾਂ ਦੀ ਗੱਡੀ ਬਣੇਗੀ ਕਿੱਥੋਂ ਦੇ ਰਹਿਣ ਵਾਲੇ ਇਹ ਕਾਦੀਆਂ ਦੇ ਰਹਿਣ ਵਾਲੇ ਜੀ ਕਾਦੀਆਂ ਤੋਂ ਆਏ ਸੀ ਮੇਰੇ ਕੋਲ ਜੀ ਸਰ ਆਪਣਾ ਨਾਮ ਦੱਸ ਦਿਓ ਕਿੱਥੋਂ ਦੇ ਰਹਿਣ ਵਾਲੇ ਜੇ ਕੀ ਜੋਬ ਕਰਦੇ ਜੇ ਅਤੇ ਕਾਹਦੀ ਗੱਲੋਂ ਤੁਸੀਂ ਇਹ ਗੱਡੀ ਬਣਵਾਈ ਸਰ ਮੇਰਾ ਨਾਮ ਪਰਮਵੀਰ ਸਿੰਘ ਹੈ ਅਤੇ ਸਰ ਮੈਂ ਉੱਥੋਂ ਹਾਂ ਕਾਦੀਆਂ ਤੋਂ ਗੁਰਦਾਸਪੁਰ ਲਾਗੇ ਸਰ ਮੈਨੂੰ ਲੋੜ ਹੁੰਦੀ ਮੈਂ ਸਕੂਲੇ ਜਾਣਾ ਹੁੰਦਾ ਸੀ ਸਰਕਾਰੀ ਸਕੂਲ ਪੜ੍ਹਾਉਂਦਾ ਪ੍ਰੋਬਲਮ ਬੜੀ ਆਉਂਦੀ ਫਿਰ ਦੂਜੀ ਗੱਡੀ 'ਚ ਬਹਿਣ ਮਤਲਬ ਉੱਠਣ 'ਚ ਇਸ ਕਰਕੇ ਬਣਵਾਈ ਅੰਕਲ ਕੋ 1-60-65 ਮਤਲਬ ਇੰਨੇ 'ਚ ਲੱਗੇ ਪਏ ਸਰ ਕਿੰਨੇ ਦਿਨਾਂ 'ਚ ਬਣੀ ਆ ਗੱਡੀ 2 ਮਹੀਨੇ 'ਚ ਬਣੀ ਗੱਡੀ ਦੇਖ ਕੇ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਠੀਕ ਲੱਗਦੀ ਸੋਹਣੀ ਲੱਗਦੀ ਹੈ ਕੀ ਲੋੜ ਸੀ ਤੁਹਾਨੂੰ ਕਾਹਦੀ ਪ੍ਰੋਬਲਮ ਸੀ ਤੁਹਾਨੂੰ ਜਿਹੜੀ ਇਹ ਗੱਡੀ ਬਣਾਉਣੀ ਪਈ ਸਰ ਮੈਨੂੰ ਮਸਕਲਰ ਡਿਸਟਰਫੀ ਮਸਲ ਵੀਕਨੈਸ ਦੀ ਪ੍ਰੋਬਲਮ ਇਸ ਕਰਕੇ ਮੈਨੂੰ ਗੱਡੀ ਬਣਾਉਣੀ ਪਈ ਬਸ